ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀਆਂ ਕੁਝ ਖਾਸ ਖਬਰਾਂ ਵੀ ਤੁਹਾਨੂੰ ਦੱਸ ਦਿੰਨੇ ਹਾਂ ਪਾਰਟੀ ਦੇ ਕੌਮਿਕ ਕਨਵੀਨਰ ਅਰਵਿੰਦ ਕੇਜੀਵਾਲ ਦੇ ਹੱਕ ਵਿੱਚ ਅਤੇ ਉਹਨਾਂ ਦੀ ਗ੍ਰਿਫਤਾਰੀ ਦੇ ਖਿਲਾਫ 7 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਨੇ ਪੂਰੇ ਦੇਸ਼ ਦੇ ਵਿੱਚ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਦਿੱਲੀ ਸਰਕਾਰ ਦੇ ਸਾਰੇ ਮੰਤਰੀ, ਆਮ ਆਦਮੀ ਪਾਰਟੀ ਦੇ ਸਾਰੇ ਸੰਸਦ ਮੈਂਬਰ, ਵਿਧਾਇਕ ਤੇ ਕੌਂਸਲਰ 7 ਅਪ੍ਰੈਲ ਨੂੰ ਦਿੱਲੀ ਦੇ ਜੰਤਰ-ਮੰਤਰ ਵਿਖੇ ਭੁੱਖ ਹੜਤਾਲ ਕਰਨਗੇ। ਉਹਨਾਂ ਨੇ ਦੇਸ਼ ਦੇ ਲੋਕਾਂ ਨੂੰ ਵੀ ਭੁੱਖ ਹੜਤਾਲ ਵਿੱਚ ਸ਼ਾਮਲ ਹੋ ਕੇ ਰੋਸ ਦਰਜ ਕਰਵਾਉਣ ਦੀ ਅਪੀਲ ਕੀਤੀ। ਜੇ ਪੂਰਾ ਅਭਿਆਨ ਜੋ ਹੈ ਪੂਰੇ देश भर में ये सात तारीख को किया जाएगा जिससे इस लड़ाई को और व्यापक और देश भर के लोगों को इसमें जोड़ा जा सके और सभी लोग मिलकर के इस लड़ाई में शामिल हों और इस तानाशाही को खत्म करने के लिए अरविंद केजरीवाल का साथ दें इसके लिए ये अभियान शुरू किया गया है आप देश भर में चाहे अपने घर पे अपने गांव में अपने कस्बे में तहसील में जिला में प्रदेश में कहीं भी सामूहिक उपवास कर रहे हैं प्रार्थना सभा कर रहे हैं आप उसकी तस्वीरें आप उसके बारे में जो कुछ भी है वो केजरीवाल को आशीर्वाद डॉट कॉम केजरीवाल को आशीर्वाद डॉट कॉम पर आप उसकी सूचना वो रिपोर्ट उसकी फोटो खींच करके आप उस पर आप भेज सकते हैं जिससे कि आप भी अरविंद केजरीवाल की इस लड़ाई में ਆਪ ਸਹਾਇਕੀ ਬਣ ਸਕیں ਇਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਵੀਡੀਓ ਜਾਰੀ ਕਰਦੇ ਹੋਏ ਤੰਜ ਕਸਿਆ ਕਿ ਬਦਲਾ ਦੇ ਝੂਠੇ ਨਾਅਰੇ ਸਿਰ ਬਣੀ ਭਗਵੰਤ ਮਾਨ ਸਰਕਾਰ ਤੇ ਇਸ ਦੇ 92 ਐਮ ਐਲ ਏ ਸ ਨੂੰ ਦਿੱਲੀ ਜਾ ਕੇ ਕੇਜਰੀਵਾਲ ਦੇ ਹੱਕ ਵਿੱਚ ਧਰਨੇ ਲਾਉਣ ਦੀ ਬਜਾਏ ਸੀਐਮ ਦੇ ਆਪਣੇ ਹਲਕੇ ਧੂਰੀ ਦੇ ਵਿੱਚ ਟੈਂਕੀ ਤੇ ਚੜ ਕੇ ਧਰਨਾ ਦੇ ਰਿਹਾ 168 ਡੀਪੀਏ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ 8 ਤਰੀਕ ਤੋਂ ਧੂਰੀ ਵਿਖੇ ਟੈਂਕੀ ਦੇ ਉੱਪਰ ਬੈਠੇ ਹੋਏ ਆ ਤੇ ਅਸੀਂ ਇੱਥੇ ਦੱਸਣਾ ਚਾਹੁੰਦੇ ਆ ਕਿ ਲਗਭਗ 1 ਮਹੀਨੇ ਦੇ ਕਰੀਬ ਹੋ ਗਿਆ ਸਾਨੂੰ ਇੱਥੇ ਟੈਂਕੀ ਉੱਪਰ ਬੈਠੇ ਆ ਨਾ ਤਾਂ ਹਲੇ ਧੂਰੀ ਦੇ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਕੀਤੀ ਆ ਤੇ ਨਾ ਹੀ ਕੋਈ ਸਰਕਾਰ ਦਾ ਨੁਮਾਇੰਦਾ ਸਾਡੀ ਕੋਈ ਗੱਲਬਾਤ ਸੁਣਨ ਲਈ ਇੱਥੇ ਆਇਆ ਅਸੀਂ ਦੱਸਣਾ ਚਾਹੁੰਦੇ ਆ ਕਿ ਬੇਸ਼ੱਕ ਸਰਕਾਰ ਤੇ ਨੁਮਾਇੰਦੇ 92 ਐਮਐਲਏ ਜੋ ਬਣਾਈ ਹੋਏ ਆ ਉਹ ਰੋਜ਼ ਦਿੱਲੀ ਵੀਖੇ ਜਾ ਕੇ ਕੇਜਰੀਵਾਲ ਦੇ ਹੱਕ ਵਿੱਚ ਧਰਨੇ ਦੇ ਰਹੇ ਆ ਪਰ ਜੋ ਉਹਨਾਂ ਦੇ ਆਪ ਦੀ ਸਟੇਟ ਦੇ ਵਿੱਚ ਜਿੱਥੇ ਉਹਨਾਂ ਦੀ ਆਪ ਦੀ ਸਰਕਾਰ ਆ ਉੱਥੇ ਬੇਰੋਜ਼ਗਾਰ ਦੁਖੀ ਹੋ ਕੇ ਟੈਂਕੀਆਂ ਦੇ ਉੱਪਰ ਬੈਠੇ ਨੇ ਉਹਨਾਂ ਦੀ ਕੋਈ ਖਬਰ ਸਾਰ ਲੈ ਨਹੀਂ ਆ ਰਿਹਾ ਇੱਥੇ ਮੀਤਹਿਰ ਰੋਜ਼ਾਨਾ ਮੰਗ ਰੈਲੀ ਕਰ ਰਿਹਾ ਹੈਗਾ ਇੱਕ ਸਪੋਰਟਸ ਮਿਨਿਸਟਰ ਹੋਣ ਦੇ ਨਾਤੇ ਉਹ ਵੀ 168 ਡੀਪੀ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਦਾ ਭਵਿੱਖ ਬਣਾਉਣਾ ਬੱਚਿਆਂ ਨੂੰ ਸਪੋਰਟਸ ਕਰਾਉਣੀਆਂ ਉਹਨਾਂ ਦੀ ਸਾਰ ਲੈ ਨਹੀਂ ਆਇਆ ਦੇਸ਼ਕ ਭਗਵੰਤ ਮਾਨ ਆਪਣੀ ਨਵ ਜੰਮੀ ਧੀ ਦੀਆਂ ਖੁਸ਼ੀਆਂ ਮਨਾ ਰਿਹਾ ਪਰ ਆ ਟੈਂਕੀ ਦੇ ਉੱਪਰ ਬੈਠੀਆਂ ਵੀ ਤਾਂ ਕਿਸੇ ਦੀਆਂ ਧੀਆਂ ਨਹੀਂ ਏ ਪਿਛਲੀ ਰਾਤ ਇੰਨਾ ਅਤ ਦੀ ਹਨੇਰੀ ਤੇ ਝੱਖੜ ਆਇਆ ਸਾਡਾ ਅਸਮਾਨ ਜੋ نیچے गिर ਗਿਆ ਅਸੀਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਟੈਂਕੀ ਦੇ ਉੱਪਰ ਸੰਭਾਲਿਆ ਹੈਗਾ ਜੇਕਰ ਇਹਦਾ ਨੁਕਸਾਨ ਹੋ ਜਾਂਦਾ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਤਾਂ ਉਸ ਦਾ ਜ਼ਿੰਮੇਵਾਰ ਕੌਣ ਸੀ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਜਿੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੰਦ ਨੇ ਉੱਥੋਂ ਦੇ ਪ੍ਰਸ਼ਾਸਨ ਨੇ ਕੈਬਨਿਟ ਮੰਤਰੀ ਆਤਸ਼ੀ ਤੇ ਝੂਠ ਬੋਲਣ ਦਾ ਇਲਜ਼ਾਮ ਲਾਇਆ ਹੈ ਤਿਹਾਰ ਜੇਲ੍ਹ ਦੇ ਵਿੱਚ ਬੰਦ ਅਰਵਿੰਦ ਕੇਜਰੀਵਾਲ ਦੀ ਤਬੀਅਤ ਠੀਕ ਨਹੀਂ ਹੈ ਦਿੱਲੀ ਸਰਕਾਰ ਦੀ ਮੰਤਰੀ ਆਤਸ਼ੀ ਨੇ ਇਹ ਦਾਵਾ ਕੀਤਾ ਸੀ ਕਹਿੰਦੇ ਕੇਜਰੀਵਾਲ ਦਾ ਐਨੇਕ ਦਿਨਾਂ ਦੇ ਵਿੱਚ ਹੀ 4.5 ਕਿਲੋ ਭਾਰ ਘਟ ਗਿਆ ਡਾਕਟਰਾਂ ਨੇ ਵੀ ਚਿੰਤਾ ਪ੍ਰਗਟਾਈ ਹੈ ਬੀਜੇਪੀ ਤੇ ਕੇਜਰੀਵਾਲ ਨੂੰ ਜੇਲ੍ਹ ਵਿੱਚ ਰੱਖ ਕੇ ਉਹਨਾਂ ਦੀ ਸਿਹਤ ਨੂੰ ਖਤਰੇ ਵਿੱਚ ਪਾਉਣ ਦਾ ਦੋਸ਼ ਵੀ ਆਤਸ਼ੀ ਨੇ ਲਾਇਆ ਜਿਸ ਨੂੰ ਤਿਹਾੜ ਜੇਲ੍ਹ ਦੇ ਪ੍ਰਬੰਧਕਾਂ ਨੇ ਝੂਠਾ ਦੱਸਿਆ ਹੈ ਜੇਲ੍ਹ ਪ੍ਰਬੰਧਨ ਦਾ ਕਹਿਣਾ ਕਿ ਕੇਜਰੀਵਾਲ ਨੂੰ ਜਦੋਂ ਜੇਲ੍ਹ ਲਿਆਂਦਾ ਗਿਆ ਸੀ ਤਾਂ ਉਹਨਾਂ ਦਾ ਭਾਰ 65 ਕਿਲੋ ਸੀ ਤੇ ਉਨਾ ਹੀ ਭਾਰ ਹੈ 슈ਗਰ ਲੈਵਲ ਉਹਨਾਂ ਦਾ ਠੀਕ ਹੈ ਘਰ ਦਾ ਖਾਣਾ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਜੇਲ੍ਹ ਪ੍ਰਬੰਧਨ ਤੋਂ ਇਲਾਵਾ ਭਾਜਪਾ ਨੇ ਵੀ ਕਿਹਾ ਕਿ ਆਤਸ਼ੀ ਨੂੰ ਤਾਂ ਝੂਠ ਬੋਲਣ ਦੀ ਆਦਤ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਿਹੜਾ ਆਪਣੀ ਗ੍ਰਿਫਤਾਰੀ ਨੂੰ ਚੈਲੰਜ ਕਰਨ ਵਾਲੀ ਪਟੀਸ਼ਨ ਦਾਇਰ ਕੀਤੀ ਹੈ ਉਸ ਤੇ ਦਿੱਲੀ ਹਾਈ ਕੋਰਟ ਦੇ ਹਰਜੇਲ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਰਿਹਾਈ ਦੀ ਪ੍ਰਕਿਰਿਆ ਵੀ ਬੁੱਧਵਾਰ ਤੜਕੇ ਹੀ ਸ਼ੁਰੂ ਹੋ ਗਈ ਸੀ ਸੁਪਰੀਮ ਕੋਰਟ ਤੋਂ ਜ਼ਮਾਨਤ ਦਾ ਹੁਕਮ ਹੇਠਲੀ ਅਦਾਲਤ ਤੱਕ ਪਹੁੰਚਾ ਦਿੱਤਾ ਗਿਆ ਸੀ ਉੱਥੇ ਸੁਣਵਾਈ ਤੋਂ ਬਾਅਦ ਜ਼ਮਾਨਤ ਦੀਆਂ ਸ਼ਰਤਾਂ ਤੈਅ ਕੀਤੀਆਂ ਗਈਆਂ ਅਦਾਲਤ ਨੇ ਕਿਹਾ ਕਿ ਸੰਜੇ ਸਿੰਘ ਸਬੂਤਾਂ ਨਾਲ ਛੇੜਛਾੜ ਨਹੀਂ ਕਰਨਗੇ ਦਿੱਲੀ ਐਨਸੀਆਰ ਛੱਡ ਕੇ ਨਹੀਂ ਜਾਣਗੇ ਜੇ ਉਹਨਾਂ ਨੇ ਦਿੱਲੀ ਐਨਸੀਆਰ ਛੱਡ ਕੇ ਕਿਤੇ ਜਾਣਾ ਤਾਂ ਇਸ ਬਾਰੇ ਅਦਾਲਤ ਨੂੰ ਜਾਣਕਾਰੀ ਦੇਣੀ ਪਵੇਗੀ ਉਹਨਾਂ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣਾ ਪਵੇਗਾ ਸੰਜੇ ਸਿੰਘ ਦੇ ਟਿਕਾਣੇ ਤੇ ਵੀ ਨਜ਼ਰ ਰੱਖੀ ਜਾਵੇਗੀ ਜਾਂਚ ਵਿੱਚ ਉਹ ਸੇ ਯੋਗ ਕਰਦੇ ਰਹਿਣਗੇ ਮਾਮਲੇ ਨੂੰ ਲੈ ਕੇ ਕੋਈ ਵੀ ਟਿੱਪਣੀ ਜਾਂ ਬਿਆਨ ਨਹੀਂ ਦੇ ਸਕਦੇ ਫਿਲਹਾਲ ਹੇਠਲੀ ਅਦਾਲਤ ਵੱਲੋਂ ਜ਼ਮਾਨਤ ਦੀਆਂ ਸ਼ਰਤਾਂ ਤੈਅ ਹੋਣ ਤੋਂ ਬਾਅਦ ਹੁਕਮ ਤਿਆਰ ਕਰਕੇ ਤਿਹਾੜ ਜੇਲ੍ਹ ਭੇਜਿਆ ਗਿਆ ਤਿਹਾੜ ਜੇਲ੍ਹ ਦੇ ਵਿੱਚ ਹੀ ਸੰਜੀਤ ਸਿੰਘ ਪੰਦ